ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ سکਣ ਆਓ ਸ਼ੁਰੂ ਕਰਦੇ ਹਾਂ ਤੇ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਸਮਝਾਂਗੇ ਸਭ ਤੋਂ ਪਹਿਲਾਂ ਫੈਰੀ ਫੈਰੀ ਦਾ ਮਤਲਬ ਹੁੰਦਾ ਗਰਮ ਜਾਂ ਅਗਮੰਗਰਮ ਲੀਨ ਲੀਨ ਹੁੰਦਾ ਪਤਲੀ ਜਿਹੀ ਗਲੀ ਕਲੈਟਰ ਕਲੈਟਰ ਦਾ ਮਤਲਬ ਹੁੰਦਾ ਕਿ ਰੈਪੀਟਿਡ ਆਵਾਜ਼ ਜਾਂ ਖੜਖੜ ਦੀ ਆਵਾਜ਼ ਬਾਰ ਬਾਰ ਆ ਰਹੀ ਹੈ ਗਛੇਸ ਹੁੰਦਾ ਕਿ ਤੇਜ਼ੀ ਨਾਲ ਬਾਹਰ ਆਣਾ ਟ੍ਰੈਂਪ ਟ੍ਰੈਂਪ ਹੁੰਦਾ ਸਾਊਂਡ ਵਾਈਲ ਵਾਕਿੰਗ ਵਿਦ ਹੈਵੀ ਸਟੈਪਸ ਤੇ ਤੇਜ਼ ਸੇ ਚੱਲਣ ਦੀ ਜਿਹੜੀ ਸਾਊਂਡ ਆਉਂਦੀ ਉਸ ਨੂੰ ਟ੍ਰੈਂਪ ਕਿਹਾ ਜਾਂਦਾ ਹੈ ਹੂਫ ਹੂਫ ਹੁੰਦੇ ਜਾਨਵਰ ਦੇ ਪੈਰ ਦਾ ਤਲਾ ਜਾਂ ਖੁਰ ਜਿਵੇਂ ਘੋੜੇ ਤੇ ਪੈਰ ਦਾ ਤਲਾ ਉਸ ਨੂੰ ਹੂਫਸ ਕਿਹਾ ਜਾ ਸਕਦਾ ਹੈ ਤੇ ਸਵਿਫਟ ਸਵਿਫਟ ਹੁੰਦਾ ਹੈ ਤੇਜ਼ੀ ਨਾਲ ਓਵਰਫਲੋਇੰਗ ਓਵਰਫਲੋਇੰਗ ਹੁੰਦਾ ਵਹਿਣਾ ਸਪਾਉਟ ਸਪਾਉਟ ਉਹ ਨਲੀ ਜਿਸ ਵਿੱਚੋਂ ਪਾਣੀ ਬਾਹਰ ਆਂਦਾ ਤੇ ਉਸ ਨੂੰ ਸਪਾਉਟ ਕਿਹਾ ਜਾਂਦਾ ਤੇ ਰੋਅਰਸ ਰੋਅਰਸ ਹੁੰਦਾ ਗੁਰਰਾਨ ਦੀ ਆਵਾਜ਼ दोस्तों के औखे शब्द हुए पढ़ते हैं, पढ़ हैं नू, सब तो पहला गया कि जो पोइटर उसकी गल नहीं कर रहा समर रेन की गलत वो पोइट वो कर रहा है सब तो पहला पोइट की लिखते हैं हाउ ब्यूटीफुलज द रेन आफ्टर द डस्ट एंड हीट इन द्रॉड एंडरी स्ट्रीट इन द नैरोन हाउ ब्यूटीफुलज द रेन ਤੇ ਇੱਥੇ ਕਵੀ ਇਹ ਕਹਿ ਰਿਹਾ ਕਿ ਡਸਟ ਅਤੇ ਹੀਟ ਕੀ ਤੂਲ ਅਤੇ ਗਰਮੀ ਤੋਂ ਬਾਅਦ ਜਿਹੜਾ ਮੀਂਹ ਪੈ ਰਿਹਾ ਕਿੰਨਾ ਵਧੀਆ ਕਿੰਨਾ ਬਿਊਟੀਫੁਲ ਹੈ ਤੂੰ ਮੀਂਹ ਕਿੱਥੇ-ਕਿੱਥੇ ਪੈ ਰਿਹਾ ਇਨ ਦਾ ਬ੍ਰਾਡ ਐਂਡ ਫਾਇਰੀ ਸਟਰੀਟ ਕੀ ਚੌੜੀ ਅਤੇ ਗਰਮ ਗਲੀ ਵਿੱਚ ਵੀ ਮੀਂਹ ਪੈ ਰਿਹਾ ਅਤੇ ਇਨ ਦਾ ਨੈਰੋ ਲੇਨਸ ਤੇ ਪਤਲੀ ਜੀ ਗਲੀ ਵਿੱਚ ਵੀ ਮੀਂਹ ਪੈ ਰਿਹਾ ਤੇ ਜਿੱਥੇ ਵੀ ਮੀਂਹ ਪੈ ਰਿਹਾ ਉਹ ਜਿਹੜਾ ਮੀਂਹ ਹੈ ਵਰਖਾ ਹੈ ਉਹ ਬਹੁਤ ਹੀ ਬਿਊਟੀਫੁਲ ਹੈ ਹਾਉ ਇਟ ਕਲੈਟਰਸ ਅਲੋਂਗ ਦਾ ਰੂਫਸ ਲਾਈਕ ਅ ਟ੍ਰੈਂਪ ਆਫ ਹੂਫਸ ਤੇ ਹੁਣ ਕਲੈਟਰ ਦਾ ਮਤਲਬ ਹੈ ਖੜਖੜਦੀ ਆਵਾਜ਼ ਤੇ ਅਲੋਂਗ ਦਾ ਰੂਫ ਹੁੰਦਾ ਛਤ ਤੇ ਵਿੱਚ ਛੱਤ ਤੇ ਮੀਂਹ ਲਗਾਤਾਰ ਹੀ ਪੈ ਰਿਹਾ ਤੇ ਲਗਾਤਾਰ ਕੰਟੀਨਿਊਸ ਖੜਖੜਦੀ ਆਵਾਜ਼ ਆ ਰਹੀ ਹੈ ਤੇ ਕਿਸ ਤਰ੍ਹਾਂ ਦੀ ਆਵਾਜ਼ ਹੈ ਲਾਈਕ ਅ ਟ੍ਰੈਂਪ ਆਫ ਹੂਫਸ ਤੇ ਟ੍ਰੈਂਪ ਆਫ ਹੂਫਸ ਕੀ ਹੁੰਦਾ ਤੇ ਟ੍ਰੈਂਪ ਆਫ ਹੂਫਸ ਦਾ ਮਤਲਬ ਹੈ ਕਿ ਜਿਵੇਂ ਕੋੜਾ ਬਹੁਤ ਹੀ ਤੇਜ਼ੀ ਨਾਲ ਦੌੜ ਰਹੇ ਤੇ ਉਸ ਤਰ੍ਹਾਂ ਦੀ ਜੋ ਖੜਖੜਦੀ ਰੈਪੀਟੇਸ਼ਨ ਰੈਪੀਟੇਡ ਸਾਊਂਡ ਆ ਰਹੀ ਹੈ ਤੇ ਉਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਛੱਤ ਵਿੱਚੋਂ ਤੇ ਮੀਂਹ ਛੱਤ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਮੀਂਹ ਦੀ ਜਿਸ ਤਰ੍ਹਾਂ ਕਿ ਛੱਤ ਦੇ ਉੱਪਰ ਕੋੜੇ ਤੇਜ਼ੀ ਨਾਲ ਦੌੜ ਰਹੇ ਹੁੰਦੇ ਹਨ ਹਾਉ ਇਟ ਗਸ਼ਸ ਐਂਡ ਸਟਰਗਲਸ ਆਊਟ ਫਰੋਮ ਦਾ ਥਰੋਟ ਆਫ ਦਾ ਓਵਰਫਲੂਇੰਗ ਸਪਾਉਟ ਤੇ ਹੁਣ ਕੀ ਹੋਇਆ ਕਿ ਜਿਹੜਾ ਪਾਣੀ ਉੱਥੇ ਥੱਲੇ ਇਕੱਠਾ ਹੋ ਗਿਆ ਮੀਂਹ ਦਾ ਪਾਣੀ ਤੇ ਹੁਣ ਗਸ਼ਸ ਦਾ ਮਤਲਬ ਹੈ ਤੇਜ਼ੀ ਨਾਲ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸਟਰਗਲਸ ਦਾ ਮਤਲਬ ਕਿ ਕੋਸ਼ਿਸ਼ ਕਰਨਾ ਕਿ ਜਿਹੜਾ ਖੜਾ ਪਾਣੀ ਹੈ ਉਹ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿੱਥੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਫਰੋਮ ਦਾ ਥਰੋਟ ਆਫ ਓਵਰਫਲੂ ਤੇ ਛੋਟੇ ਜਿਹੇ ਪੰਨਾਲੇ ਵਿੱਚ ਜਿਹੜਾ ਪਾਣੀ ਹੈ ਉਹ ਬਾਹਰ ਆਣ ਦੀ ਕੋਸ਼ਿਸ਼ ਕਰ ਰਿਹਾ ਤੇ ਪਰਨਾਲਾ ਉਹ ਛੋਟਾ ਜਿਹਾ ਤੇ ਪਾਣੀ ਬਹੁਤ ਜ਼ਿਆਦਾ ਖੜਾ ਹੈ ਤੇ ਇਸ ਕਰਕੇ ਜਿਹੜਾ ਪਰਨਾਲਾ ਉਹ ਓਵਰਫਲੋ ਕਰ ਰਿਹਾ ਐਕਰੋਸ ਦਾ ਵਿੰਡੋ ਪੇਨ ਇਟ ਪੋਰਸ ਐਂਡ ਪੋਰਸ ਵਿੰਡੋ ਪੇਨ ਹੁੰਦਾ ਖਿੜਕੀ ਤੇ ਖਿੜਕੀ ਦੇ ਹਾਲਤ ਵਾਲੇ ਵੀ ਮੀ ਹੈ ਉਹ ਪੈ ਰਿਹਾ ਐਂਡ ਸਵਿਫਟ ਐਂਡ ਵਾਈਡ ਵਿਦ ਅ ਮਡੀ ਟਾਈਡ ਤੇ ਹੁਣ ਥੱਲੇ ਕਾਫੀ ਜ਼ਿਆਦਾ ਪਾਣੀ ਹੈ ਉਹ ਇਕੱਠਾ ਹੋਇਆ ਹੋਇਆ ਤੇ ਜਦੋਂ ਕਾਫੀ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਤੇ ਵਿਚਕਾਰੋਂ ਅਸੀਂ ਸਾਈਕਲ ਲੈ ਕੇ ਜਾਂਦੇ ਤਾਂ ਨਾ ਇੱਕ ਟਾਈਡ ਬਣਦੀ ਇੱਕ ਵੇਵ ਜੀ ਬਣਦੀ ਹੈ ਇੱਕ ਲਹਿਰ ਜੀ ਬਣਦੀ ਹੈ ਤੇ ਉਸ ਨੂੰ ਟਾਈਡ ਕਿਹਾ ਜਾਂਦਾ ਤੇ ਇਹ ਹੁਣ ਜਿਹੜੀ ਟਾਈਡ ਬਣ ਰਹੀ ਹੈ ਥੱਲੇ ਉਹ ਬਿਲਕੁਲ ਕਲੀਨ ਵਾਟਰ ਦੀ ਟਾਈਡ ਤੇ ਹੈ ਨਹੀਂ ਕਿਉਂਕਿ ਪਾਣੀ ਵਿੱਚ ਤੇ ਮਿੱਟੀ ਹੈ ਤੇ ਮਿੱਟੀ ਵਾਲੀ ਟਾਈਡ ਨੂੰ ਮਡੀ ਟਾਈਡ ਅਥੇ ਕਿਹਾ ਗਿਆ ਹੈ ਕਿ ਹੁਣ ਜ਼ਮੀਨ ਦੇ ਉੱਪਰ ਮਡੀ ਟਾਈਡਸ ਬਣ ਰਹੀਆਂ ਹਨ ਲਾਈਕ ਅ ਰਿਵਰ ਡਾਊਨ ਦਾ ਗਟਰ ਰੋਡਸ ਦਾ ਰੇਨ ਦਾ ਵੈਲਕਮ ਰੇਨ ਤੇ ਹੁਣ ਜਦੋਂ ਮੀਂਹ ਦਾ ਪਾਣੀ ਗਟਰ ਵਿੱਚ ਜਾ ਰਿਹਾ ਤੇ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਿ ਨਦੀ ਦਾ ਪਾਣੀ ਗਟਰ ਵਿੱਚ ਜਾ ਰਿਹਾ ਤੇ ਇੱਥੇ ਇਹਦਾ ਕੰਪੈਰੀਜ਼ਨ ਕਿਉਂ ਕੀਤਾ ਗਿਆ ਕਿਉਂਕਿ ਨਦੀ ਦਾ ਪਾਣੀ ਬਹੁਤ ਜ਼ਿਆਦਾ ਹੁੰਦਾ ਤੇ ਗਟਰ ਬਹੁਤ ਜ਼ਿਆਦਾ ਛੋਟਾ ਹੈ ਨਦੀ ਦੇ ਪਾਣੀ ਦੇ ਅਕੋਰਡਿੰਗਲੀ ਤੇ ਐਸ ਕਰਕੇ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਐਸ ਕਰਕੇ ਰੇਨ ਵਾਟਰ ਨੂੰ ਰਿਵਰ ਨਾਲ ਕੰਪੇਅਰ ਕੀਤਾ ਗਿਆ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੇ ਉਸ ਨਾਲ ਕੀ ਹੋ ਰਿਹਾ ਜਦੋਂ ਪਾਣੀ ਗਟਰ ਦੇ ਅੰਦਰ ਜਾ ਰਿਹਾ ਤੇ ਰੂਰਿੰਗ ਸਾਊਂਡ ਆ ਰਹੀ ਹੈ ਗੁਰਰਾਣ ਦੀ ਆਵਾਜ਼ ਆ ਰਹੀ ਹੈ ਤੇ ਐਂਡ ਵਿੱਚ ਲੇਖਕ ਹੈ ਰੇਨ ਦਾ ਵਰਖਾ ਦਾ ਸਵਾਗਤ ਕਰਦਾ ਹੈ ਤੇ ਦੋਸਤੋ ਐਸੀ ਕੀ ਪੋਇਮ ਹਾ ਬਿਊਟੀਫੁੱਲ ਇਸ ધ ਰੇਨ ਜਿਸ ਦੇ ਪੋਇਟ ਸਨ ਐਚ ਡਬਲਯੂ ਲੌਂਗਫੈਲੋ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰੇ ਨੂੰ ਇਹ ਪੋਇਮ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 2 ਇਸ ਵਿੱਚ ਹੈ ਪਿਕ ਅਪ ਦਾ ਵਰਡਸ ਫਰੋਂ ਦਾ ਪੋਇਮ ਥੈਟ ਮੈਚ ਦਾ ਰਾਈਮ ਆਫ ਦਾ ਫੋਲੋਇੰਗ ਵਰਡਸ ਕੀ ਰਾਈਮਿੰਗ ਵਰਡਸ ਉਹ ਹੁੰਦੇ ਆ ਜਿਨ੍ਹਾਂ ਦੇ ਐਂਡਿੰਗ ਸਾਊਂਡ ਹੈ ਸੇਮ ਹੁੰਦੀ ਹੈ ਜਿਵੇਂ ਰੇਨ लेन हीट स्ट्रीट रूवस आउट स्पाउट लेन रेन पोरस रोड वाइड टाइड हम अं करविटी थ्री रीड द पोइम एंड राइट द आंसर थ्रू द फॉलोइंग हम अच्छा आंसर करने वाई डज द पोइट से डेट द रेन इज ब्यूटीफुल पोइट ने इस तरह क्यों क्या कि रेन है बहुत ब्यूटीफुल है द पोइट सेज दैट द रेन इज ब्यूटीफुल बिकॉज इट कम्स आफ्टर द डस्ट एंड हीट ਕਿਉਂਕਿ ਜਿਹੜਾ ਮੀ ਹੈ ਉਹ ਗਰਮੀ ਅਤੇ ਧੂਲ ਤੋਂ ਬਾਅਦ ਪੈ ਰਿਹਾ ਤੇ ਇਸ ਕਰਕੇ ਕਵੀ ਨੇ ਇਹ ਕਹਿ ਆ ਕਿ ਰੇਨ ਬਹੁਤ ਬਿਊਟੀਫੁਲ ਹੈ। ਵਿਚ ਵਿਚ ਆਰ ਦਾ ਪਲੇਸਸ ਵੇਅਰ ਦਾ ਰੇਨ ਫਾਲਸ। ਦ ਪੋਇਮ ਦੇ ਅਕੋਰਡਿੰਗਲੀ ਮੀ ਕਿੱਥੇ ਕਿੱਥੇ ਪੈ ਰਿਹਾ? ਦਾ ਰੇਨ ਫਾਲਸ ਇਨ ਦਾ ਬ੍ਰਾਡ ਐਂਡ ਫਾਇਰੀ ਸਟਰੀਟ ਐਂਡ ਇਨ ਦਾ ਨੈਰੋ ਲੇਨ। ਇਟ ਆਲਸੋ ਫਾਲਸ ਔਨ ਦਾ ਰੂਸ ਆਫ ਦਾ ਹਾਊਸਿਸ ਐਂਡ ਅਕ੍ਰੋਸ ਵਿੰਡੋ ਪੇਨਸ। ਤੇ ਪੋਇਮ ਦੇ ਅਕੋਰਡਿੰਗਲੀ ਮੀ ਕਿੱਥੇ ਕਿੱਥੇ ਪੈ ਰਿਹਾ? ਤੇ ਬ੍ਰਾਡ ਐਂਡ ਫਾਇਰੀ ਸਟਰੀਟ ਕੀ ਚੌੜੀ ਤੇ ਗਰਮ ਗਲੀਆਂ ਵਿੱਚ ਵੀ ਪੈ ਰਿਹਾ ਤੇ ਨੈਰੋ ਲ ਤੇਸ ਤੋਂ ਲਾਵਾ ਰੂਫਸ ਆਫ ਰੂਫ ਆਫ ਹਾਊਸੇਸ ਕੀ ਕਰਦੀ ਛੱਤਾਂ ਦੇ ਉੱਪਰ ਵੀ ਪੈ ਰਿਆ ਤੇ ਖਿੜਕੀ ਦੇ ਹਾਲਤ ਵਾਲੇ ਵੀ ਮੀਂਹ ਪੈ ਰਿਆ ਇਸ ਤੋਂ ਬਾਅਦ ਆ ਕੁਐਸਚਨ ਵਾਈ ਡਸ ਦਾ ਪੋਇਟ ਰਿਪੀਟ ਦਾ ਫਰਸਟ ਲਾਈਨ ਤੇ ਫਰਸਟ ਲਾਈਨ ਆ ਹਾ ਬਿਊਟੀਫੁਲ ਇਸ ਦਾ ਰੇਨ ਤੇ ਪੋਇਟ ਨੇ ਕਵੀ ਨੇ ਇਸ ਲਾਈਨ ਨੂੰ ਰਿਪੀਟ ਕਿਉਂ ਕੀਤਾ ਤੇ ਇਸ ਦਾ ਆਨਸਰ ਆ ਦਾ ਪੋਇਟ ਰਿਪੀਟਸ ਦਾ ਫਰਸਟ ਲਾਈਨ ਟੂ ਐਮਫਸਾਈਜ਼ ਦਾ ਪੁਆਇੰਟ ਥੈਟ ਦਾ ਰੇਨ ਇਜ਼ ਰੀਅਲੀ ਬਿਊਟੀਫੁਲ ਤੇ ਟੂ ਐਮਫਸਾਈਜ਼ ਹੁੰਦਾ ਕਿਸੇ ਗੱਲ ਤੇ ਜ਼ੋਰ ਪਾਣਾ ਤੇ ਕਵੀ ਨੇ ਇਸ ਗੱਲ ਤੇ ਉੱਪਰ ਜ਼ੋਰ ਪਾ ਕੇ ਰੇਨ ਕਾਫੀ ਜ਼ਿਆਦਾ ਬਿਊਟੀਫੁਲ ਹੈ ਤੇ ਇਸ ਗੱਲ ਤੇ ਜ਼ੋਰ ਪਾਣ ਲਈ ਕਵੀ ਨੇ ਇਸ ਲਾਈਨ ਦੀ ਰੈਪੀਟੀਸ਼ਨ ਉਹ ਕੀਤੀ ਹੈ ਵਟ ਗਸ਼ਸ ਐਂਡ ਸਟਰਗਲਸ ਆਊਟ ਤੇ ਤੇਜ਼ੀ ਨਾਲ ਬਾਹਰ ਆਣ ਦੀ ਕੋਸ਼ਿਸ਼ ਕੌਣ ਕਰ ਰਿਹਾ ਇਟ ਇਜ਼ ਰੇਨ ਵਾਟਰ 댓 ਗਸ਼ਸ ਐਂਡ ਸਟਰਗਲਸ ਆਊਟ ਕਿ ਮੀਂਹ ਦਾ ਪਾਣੀ ਤੇਜ਼ੀ ਨਾਲ ਬਾਹਰ ਆਣ ਦੀ ਕੋਸ਼ਿਸ਼ ਕਰ ਰਿਹਾ ਅਗਲਾ ਕੁਐਸਚਨ ਹੈ ਵਾਈਜ਼ ਰੇਨ ਲਾਈਕ ਅ ਟ੍ਰੈਂਪ ਆਫ ਹੂਫਸ ਜਿਹੜਾ ਮੀ ਹੈ ਮੂਡ ट्रैम्प ऑफ हूज़ ट्रैम्प ऑफ हूज़ ਉਹਦੇ ਕੋੜੇ ਦੇ ਟੱਪਾਂ ਵਰਗਾ ਕਿਉਂ ਹੈ ਤੇ ਇੱਥੇ ਕੰਪੋਇਟ ਨੇ ਕੰਪੈਰੀਜ਼ਨ ਕਿਉਂ ਕੀਤਾ ਤੇ ਇਸ ਦਾ ਅਨਸਰ ਹੈ ਵੈਨ ધ ਰੇਨ ਫਾਲਸ ਔਨ ਰੂਫਸ ਇਟ ਸਾਉਂਡਸ ਲਾਈਕ ਅ ਟ੍ਰੈਂਪ ਆਫ ਹੂਜ਼ ਕਿ ਜਦੋਂ ਅਸੀਂ ਛੱਤ ਦੇ ਉੱਪਰ ਮੀਂਹ ਪੈਂਦਾ ਹੈ ਤੇ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਜਿਵੇਂ ਛੱਤ ਦੇ ਉੱਪਰ ਕੋੜੇ ਕੋੜੇ ਦੌੜ ਰਹੇ ਹੁੰਦੇ ਹਨ ਤੇ ਇਸ ਕਰਕੇ ਕਵੀ ਨੇ ਕੰਪੈਰੀਜ਼ਨ ਕੀਤਾ ਇਸ ਤੋਂ ਬਾਅਦ ਐਕਟੀਵਿਟੀ ਫੋਰ ਰੀਡ ਦਾ ਵਰਡਸ ਇਨ ਦਾ ਫੋਲੋਇੰਗ ਟੇਬਲ ਐਂਡ డు ਐਸ ਡਾਇਰੈਕਟਿਡ ਤੇ ਪਹਿਲਾਂ ਅਸੀਂ ਵਰਡਸ ਨੂੰ ਪੜ੍ਹਨਾ ਹੈ ਤੇ ਹੁਣ ਸਾਨੂੰ ਕੀ ਕਿਹਾ ਗਿਆ ਕਿ ਜੇ ਤੁਹਾਨੂੰ ਮ ਆਈ ਨੋ ਦਾ ਵਰਡ ਰਾਈਟ ਦਾ ਮੀਨਿੰਗ ਤੇ ਇੱਥੇ ਤੁਸੀਂ ਲਿਖ ਸਕਦੇ ਹੋ ਜੇ ਤੁਹਾਨੂੰ ਨਹੀਂ ਪਤਾ ਆਈ ਡੋਟ ਨੋ ਪੁੱਟ ਅ ਕ੍ਰਾਸ ਤੇ ਤੁਸੀਂ ਕ੍ਰਾਸ ਮਾਰ ਦਿਓਗੇ ਤੇ ਜੇ ਤੁਹਾਨੂੰ ਪਤਾ ਕਿ ਇਹ ਵੀ ਹੋਰਸਲ 1 ਮਾਰਕ ਤੇ ਤੁਸੀਂ ਆਪਣੇ ਆਪ ਨੂੰ 1 ਮਾਰਕ ਹੈ ਉਹ ਦੇ ਸਕਦੇ ਹੋ ਤੇ ਜਦੋਂ ਅਸੀਂ ਸਾਰੇ 10 ਦੇ 10 ਕਰ ਲਾਂਗੇ ਫਿਰ ਤੁਸੀਂ ਦੱਸਣਾ ਵੀ ਤੁਸੀਂ 10 ਵਿੱਚੋਂ ਕਿੰਨਾ ਸਕੋਰ ਕੀਤਾ ਕਿ ਤੁਹਾਨੂੰ ਕਿੰਨੇ ਸ਼ਬਦਾਂ ਦੇ ਅਰਥ ਹੈ ਉਹ ਪਤਾ ਸੀ ਬਿਊਟੀਫੁਲ ਬਿਊਟੀਫੁਲ ਦਾ ਮਤਲਬ ਹੁੰਦਾ ਪ੍ਰੀਟੀ ਸੁੰਦਰ ਡਸਟ ਡਸਟ ਹੁੰਦਾ ਸਮਾਲ ਪਾਰਟੀਕਲਸ ਆਫ ਸਵਾਇਲ ਕੀ ਮਿੱਟੀ ਦੇ ਛੋਟੇ ਛੋਟੇ ਕਣ ਤੇ ਉਸ ਨੂੰ ਡਸਟ ਕਿਹਾ ਜਾਂਦਾ ਹੈ ਫਾਇਰੀ ਫਾਇਰੀ ਦਾ ਮਤਲਬ ਹੁੰਦਾ ਵੈਰੀ ਹੌਟ ਕਿ ਬਹੁਤ ਗਰਮ ਸਟਰੀਟ ਅ ਪਬਲਿਕ ਰੋਡ ਗਲੀ ਲੇਨ ਅ ਨੈਰੋ ਰੋਡ ਪਤਲੀ ਜੀ ਗਲੀ ਕਲੈਟਰਸ ਕਲੈਟਰਸ ਹੁੰਦਾ ਰੈਟਲਿੰਗ ਸਾਊਂਡ ਟਿਪ ਟਿਪ ਦੀ ਆਵਾਜ਼ ਟ੍ਰੈਂਪ ਆਫ ਹੂਵਸ ਟ੍ਰੈਂਪ ਆਫ ਹੂਵਸ ਹੁੰਦਾ ਨੋਇਸ ਪ੍ਰੋਡਿਊਸ ਵੈਨ ਹਾਰਸ ਕੈਲਪਸ ਜਦੋਂ ਕੋੜੇ ਦੌੜ ਰਹੇ ਹੁੰਦੇ ਨੇ ਤੇ ਉਸ ਟਾਈਮ ਜਿਹੜੀ ਆਵਾਜ਼ ਆਉਂਦੀ ਉਸ ਨੂੰ ਟ੍ਰੈਂਪ ਆਫ ਹੂਵਸ ਕਿਹਾ ਜਾਂਦਾ ਗਸ਼ਿਸ ਗਸ਼ਿਸ ਹੁੰਦਾ ਫਲੋਸ ਆਊਟ ਆਫ ਸਮਥਿੰਗ ਕੀ ਤੇਜ਼ੀ ਨਾਲ ਵਹਿਣਾ ਤੇਜ਼ੀ ਨਾਲ ਬਾਹਰ ਆਣਾ ਓਵਰਫਲੋਇੰਗ ਓਵਰਫਲੋਇੰਗ ਹੁੰਦਾ ਫਲੋਇੰਗ ਓਵਰ ਅ ਸਰਫੇਸ ਤੇ ਵੈ ਪਾਣੀ ਦਾ ਵਹਿਣਾ ਸਵਿਫਟ ਸਵਿਫਟ ਹੁੰਦਾ ਵੈਰੀ ਫਾਸਟ ਬਹੁਤ ਤੇਜ਼ ਤੇ ਐਸੀ ਕਿ 10 ਮੀਨਿੰਗਸ ਤੇ ਸਾਨੂੰ ਹੁਣ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਸੀਂ 10 ਵਿੱਚੋਂ ਕਿੰਨਾ ਸਕੋਰ ਕੀਤਾ ਹੈ ਤੇ ਹੁਣ ਅਸੀਂ ਕਰਦੇ ਐਕਟੀਵਿਟੀ 5 ਲਰਨਿੰਗ ਟੂ ਲਿਸਨ ਤੇ ਇਸ ਵਿੱਚ ਅਸੀਂ ਫਿਲ ਅਪ ਕਰਨੇ ਹਨ ਤੇ ਰੇਨ ਕਮਸ ਐਜ਼ ਅ ਸਾਈ ਆਫ ਰਿਲੀਫ ਸਾਈ ਆਫ ਰਿਲੀਫ ਹੁੰਦਾ ਸੁਖ ਦਾ ਸਾਹ ਆਫਟਰ ਹੀਟ ਐਂਡ ਡਸਟ ਆਫ ਦਾ ਡੇ

ਤੇ ਤੁਹਾਡੇ 파ਟਰਨ ਵੀ ਤੁਹਾਡੇ ਤੋਂ ਪੁੱਛੇਗਾ ਕਿ ਡੂ ਯੂ ਲਾਈਕ ਦ ਰੇਨ ਕੀ ਤੁਹਾਨੂੰ ਮੀਂਹ ਵਧੀਆ ਲੱਗਦਾ ਹੈ ਕਿ ਕਿਉਂ ਵਧੀਆ ਲੱਗਦਾ ਹੈ ਤੇ ਕਿਉਂ ਨਹੀਂ ਵਧੀਆ ਲੱਗਦਾ ਤੇ ਆਪਣੇ 파ਟਰਨ ਨੂੰ ਇਸ ਬਾਰੇ ਦੱਸੋ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਕਿ ਯੈਸ ਆਈ ਲਾਈਕ ਦ ਰੇਨ ਬਿਕੋਜ਼ ਇਟ ਬ੍ਰਿੰਗਸ ਰਿਲੀਫ ਫਰਮ ਡਸਟ ਐਂਡ ਹੀਟ ਕਿ ਹਾਂ ਮੈਨੂੰ ਮੀਂਹ ਮੈਨੂੰ ਮੀਂਹ ਵਧੀਆ ਲੱਗਦਾ ਹੈ ਕਿਉਂਕਿ ਸਾਨੂੰ ਰਿਲੀਫ ਮਿਲਦੀ ਹੈ ਗਰਮੀ ਤੋਂ ਰਾਹਤ ਮਿਲਦੀ ਹੈ ਗਰਮੀ ਤੋਂ ਅਤੇ ਧੂੜ ਤੋਂ ਵੀ ਰਿਲੀਫ ਮਿਲਦੀ ਹੈ ਤੇ ਇਸ ਕਰਕੇ ਮੈਨੂੰ ਮੀਂਹ ਵਧੀਆ ਲੱਗਦਾ ਅਗਲਾ ਕੁਐਸਚਨ ਹੈ ਵਾਈਜ਼ ਰੇਨ ਲਾਈਕ ਅ ਟ੍ਰੈਂਪ ਆਫ ਫੋਰਸ ਡਿਸ ਤੇ ਅਤੇ ਕਵੀ ਨੇ ਇਹ ਕਿਉਂ ਕਿਹਾ ਹੈ ਉਮੀਦ ਆ ਕੰਪੈਰੀਜ਼ਨ ਹੈ ਟ੍ਰੈਂਪ ਆਫ ਹੋਫਸ ਜਿਵੇਂ ਘੋੜੇ ਦੌੜ ਰਹੇ ਹੁੰਦੇ ਨੇ ਤੇ ਉਸ ਸਾਊਂਡ ਨਾਲ ਕੰਪੇਅਰ ਕਿਉਂ ਕੀਤਾ ਤੇ ਇਸ ਦਾ ਅਨਸਰ ਅਸੀਂ ਲਿਖ ਸਕਦੇ ਹਾਂ ਬਿਕਾਜ਼ ਵੈਨ ਰੇਨ ਫਾਲਸ ਔਨ ਰੂਫ ਇਟ ਸਾਊਂਡਸ ਲਾਈਕ ਟ੍ਰੈਂਪ ਆਫ ਹੋਫਸ ਕਿ ਕਿਉਂਕਿ ਜਦੋਂ ਛੱਦੇ ਉੱਪਰ ਮੀਂਹ ਪੈ ਰਿਹਾ ਹੁੰਦਾ ਹੈ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਛੱਦੇ ਉੱਪਰ ਘੋੜੇ ਦੌੜ ਰਹੇ ਹਨ ਇਸ ਤੋਂ ਬਾਅਦ ਐਕਟੀਵਿਟੀ 7 ਵਰਡਸ ਵਰਡਸ ਵੁੱਡ ਯੂ ਯੂਜ਼ ਟੂ ਡਿਸਕ੍ਰਾਈਬ ਦ ਰੇਨ ਮੇਕ ਅ ਲਿਸਟ ਕਿ ਤੁਸੀਂ ਰੇਨ ਨੂੰ ਵਰਖਾ ਨੂੰ ਕਿਹੜੇ ਸ਼ਬਦਾਂ ਨਾਲ ਡਿਸਕ੍ਰਾਈਬ ਕਰਨਾ ਚ ਤੇ ਅਸੀਂ ਇਹ ਸ਼ਬਦ ਲਿਖੇ ਹਨ ਬਿਊਟੀਫੁੱਲ ਸੁੰਦਰ ਐਲੀਗੈਂਟ ਐਲੀਗੈਂਟ ਦਾ ਮਤਲਬ ਹੁੰਦਾ ਸ਼ਾਨਦਾਰ ਗ੍ਰੇਸਫੁੱਲ ਗ੍ਰੇਸਫੁੱਲ ਦਾ ਮਤਲਬ ਹੁੰਦਾ ਸੁੰਦਰ ਕੂਲ ਠੰਡਾ ਪਲੇਜ਼ੈਂਟ ਸੁਹਾਵਣਾ ਤੇ ਅਸੀਂ ਇਹ ਸ਼ਬਦ ਲਿਖੇ ਹਨ ਤੁਸੀਂ ਕੁਝ ਹੋਰ ਸ਼ਬਦ ਲਿਖਣਾ ਚਾਹੋ ਤਾਂ ਉਹ ਵੀ ਲਿਖ ਸਕਦੇ ਹੋ ਤੇ ਇਸ ਤੋਂ ਬਾਅਦ ਅਸੀਂ ਗ੍ਰਾਮਰ ਸਿਖਾਂਗੇ ਲਰਨਿੰਗ ਲੈਂਗੁਏਜ ਪੰਚੁਏਸ਼ਨ ਤੇ ਪੰਚੁਏਸ਼ਨ ਕੀ ਹੁੰਦਾ ਪੰਚੁਏਸ਼ਨ ਮੀਨਸ ਪੁੱਟਿੰਗ ਫੁੱਲ ਸਟOPS ਕਮਾਸ ਕੁਐਸਚਨ ਮਾਰਕਸ ਐਕਸਟਰਾ ਐਟ ਅ एट राइट प्लेस इन पीस ऑफ रॉटिंग पंचुएशन हेल्प टू सपरेटेंस फ्राम अनादर सेंटेंसेंसम अनादर द इमेंटुएशन आर कैपीटल फुल स्टॉप कॉमा क्वेश्चन मार्क्स एक्सपलामे मार्क्स एक्सैट्रा इन दिसन वी विल कंस कैपिटल मार्क्सन बड़े शब्द कैपिटल लैटर कॉमा फुल की वरतों सही जगह करना सही थाना सेंटेंस बिच ਤੇ ਇਸ ਨਾਲ ਕੀ ਹੁੰਦਾ ਕਿ ਇਸ ਅਸੀਂ ਇਸ ਨਾਲ ਇੱਕ ਵਾਕ ਨੂੰ ਦੂਜੇ ਵਾਕ ਤੋਂ ਸੈਪਰੇਟ ਕਰ ਸਕਦੇ ਆ ਅਲੱਗ ਕਰ ਸਕਦੇ ਆ ਵਾਕ ਦੇ ਇੱਕ ਹਿੱਸੇ ਨੂੰ ਦੂਜੇ ਹਿੱਸੇ ਤੋਂ ਅਲੱਗ ਕਰ ਸਕਦੇ ਆ ਤੇ ਇਹ ਯੂਜ਼ ਹੁੰਦਾ ਤੇ ਹੁਣ ਅਸੀਂ ਸਿਰਫ ਕੈਪੀਟਲ ਲੈਟਰਸ ਦੇ ਬਾਰੇ ਹੀ ਸਿੱਖਾਂਗੇ ਇਸ ਪਾਠ ਵਿੱਚ ਤੇ ਸਭ ਤੋਂ ਪਹਿਲਾਂ ਸਾਨੂੰ ਦੱਸਿਆ ਗਿਆ ਸਮ ਪੀਪਲ ਯੂਜ਼ ਕੈਪੀਟਲ ਲੈਟਰਸ ਵੇਅਰ ਏਵਰ ਦੇ ਫੀਲ ਲਾਈਕ ਇਟ ਇਜ਼ ਨਾਟ ਰਾਈਟ ਟੂ ਯੂਜ਼ ਕੈਪੀਟਲ ਵੇਅਰ ਏਵਰ ਵੀ ਲਾਈਕ there are some rules to use capital letters ki kai log ki karde ne jitthe man kare utthe jitthe zi kare utthe capital letter di varto kar lende ne galat hai is de kuch rules kuch niyam hage han te kede kede rules han the first word in a sentence kise bhi vaak da pehla akhar ho capital hunda examples ditte gaye han she was late for the film he came back soon te as at h capital han ਇਸ ਤੋਂ ਬਾਅਦ ਹੈ ਦਾ ਸੈਕੰਡ ਰੂਲ ਹੈ ਦਾ ਵਰਡ ਆਈ ਐਂਡ ਪੀਪਲਸ ਨੇਮ ਜਦੋਂ ਅਸੀਂ ਆਈ ਦੀ ਵਰਤੋਂ ਕਰਦੇ ਆਂ ਆ ਕਿਸੇ ਦੇ ਨਾਂ ਦੀ ਵਰਤੋਂ ਕਰਦੇ ਆਂ ਭਾਵੇਂ ਸੈਂਟੈਂਸ ਕਿਤੇ ਵੀ ਹੋਵੇ ਤਾਂ ਕੈਪੀਟਲ ਹੁੰਦਾ ਹੈ ਐਗਜ਼ਾਮਪਲ ਹੈ ਰਾਧਿਕਾ ਲਾਈਕ ਟੂ ਡਰਾਈਵ ਸਲੋ ਬਟ ਆਈ ਲਾਈਕ ਟੂ ਡਰਾਈਵ ਫਾਸਟ ਤੇ ਰਾਧਿਕਾ ਦਾ ਆਰ ਤੇ ਆਈਗੀ ਉਹ ਕੈਪੀਟਲ ਹਨ ਸ਼ੀਨਾ ਲਾਈਕਸ ਐਪਲਸ ਤੇ ਸ਼ੀਨਾ ਦਾ ਐਸ ਕੈਪੀਟਲ ਹੈ ਇਸ ਤੋਂ ਬਾਅਦ ਹੈ ਦ ਨੇਮ ਦ ਨੇਮਸ ਆਫ ਪਲੇਸਸ ਇੰਸਟੀਟਿਊਸ਼ਨਸ ਐਂਡ ਲੈਂਗੁਏਜਸ ਕਿਸੇ ਥਾਂ ਦਾ ਨਾਮ ਕਿਸੇ ਸ਼ਹਿਰ ਦਾ ਨਾਮ ਜਾਂ ਸਟੇਟ ਦਾ ਨਾਮ ਇੰਸਟੀਟਿਊਟ ਕਿਸੇ ਵਿਦਿਅਕ ਸਥਾਨ ਦਾ ਨਾਮ ਜਾਂ ਕਿਸੇ ਭਾਸ਼ਾ ਦਾ ਨਾਮ ਵੀ ਕੈਪੀਟਲ ਵਿੱਚ ਆਣਾ ਚਾਹੀਦਾ ਜਿਵੇਂ ਆਈ ਸਟੱਡੀਡ ਇਨ ਕੇਂਦਰੀ ਵਿਦਿਆਲੇ ਅੰਮ੍ਰਿਤਸਰ ਤੇ ਇੱਥੇ ਕੇ ਤੇ ਵੀ ਕੈਪੀਟਲ ਹੈ ਤੇ ਅੰਮ੍ਰਿਤਸਰ ਦਾ ਏ ਵੀ ਕੈਪੀਟਲ ਹੈ ਮੋਸਟ ਪੀਪਲ ਇਨ ਦਾ ਵਰਲਡ ਸਪੀਕ ਸਪੈਨਿਸ਼ ਲੈਂਗੁਏਜ ਤੇ ਇੱਥੇ ਸਪੈਨਿਸ਼ ਦਾ ਐਸ ਕੈਪੀਟਲ ਹੈ ਕਿਉਂਕਿ ਇੱਥੇ ਭਾਸ਼ਾ ਦਾ ਨਾਮ ਪ੍ਰੋਡਕਟ ਨੇਮਸ ਚੌਥਾ ਰੂਲ ਹੈ ਐਗਜ਼ਾਮਪਲ ਆ ਯੂਜ਼ ਲਕਸ ਸੋ ਮਾਈ ਸੈਮਸੰਗ ਫੋਨ ਵਾਸ ਸਟੋਲਨ ਤੇ ਇੱਥੇ ਲਕਸ ਦਾ ਹੈ ਤੇ ਸੈਮਸੰਗ ਦਾ ਐਸ ਕੈਪੀਟਲ ਹੈ ਕੈਲੰਡਰ ਆਈਟਮਸ ਕੋਈ ਤਿਥ ਤਿਹਾਰ ਜਾਂ ਕੋਈ ਇਸ ਤਰ੍ਹਾਂ ਦੇ ਦਿਨ ਕੋਈ ਡੇ ਵੀ ਕਹਿ ਸਕਦੇ ਆ ਅਸੀਂ ਕੋਈ ਡੇ ਕੋਈ ਮੰਥ ਜਾਂ ਕੋਈ ਤਿਥ ਤਿਹਾਰ ਜਿਵੇਂ ਕਿ ਆਈ ਸੈਂਟ ਮਾਈ ਫਰੈਂਡ ਅ ਦੀਵਾਲੀ ਕਾਰਡ ਵਾਈਲ ਸੀ ਸੈਂਡ ਮੀ ਅ ਕ੍ਰਿਸਮਸ ਕਾਰਡ ਤੇ ਇੱਥੇ ਦੀਵਾਲੀ ਦਾ ਡੀ ਤੇ ਕ੍ਰਿਸਮਸ ਦਾ ਸੀ ਕੈਪੀਟਲ ਹੈ ਸੰਜੇ ਡਸ ਨਾਟ ਲਾਈਕ ਗੋਇੰਗ ਟੂ ਦਾ ਆਫਿਸ ਔਨ ਮੰਡੇ ਤੇ ਇੱਥੇ ਮੰਡੇ ਦਾ ਐਮ ਕੈਪੀਟਲ ਹੈ my birthday falls in march te atte march da m capital hai however the name of seasons are not written in capital but season jive ki summer season winter season usde the na capital vich nahi hunde this one the main words and titles jive ki the name of my doctor is dr agarwal then title ki dr agarwal te dr agarwal. The, the d te agarwal da e capital hai my favorite book is five run away together by emmet blighton te jeda book da naam hai फाइव द एफ रन द आर अवे दुगैदर द टीओ कैपीटल आने एक्टिविटी एट यूज कैपिटल लैटर इन द फॉलोइंगटेंसिस कि हम अना वाकों कैपीटल की वरतों करनी है शी इज़ ए गुड सिंगर एस शी द एस कैपिटल आएगा आर यू अ गुड सिंगर इत ए कैपिटल आएगा डज प्रतिमा लिव इन मुंबई तो इतने डी कैपिटल आएगा प्रतिमा दी कैपिटल आएगा मुंबई द एम कैपिटल आएगा उस सौरभ लिवस इन दिल्ली बट आई लिव इन चंडीगढ़ से सौरभ का एस कैपिटल है डी कैपिटल है आई कैपीटल चंडगढ़ का सी कैपिटल आऊगा आई वेंट टू लाइब्रेरी टू बोरो बुक्स रिटर्न बाय प्रेमचंद इत आई कैपीटल है प्रेमचंद का पी कैपिटल आऊगा डू यू हैव ए सैमसंग फोन डू द डी कैपिटल है सैमसंग एस कैपिटल आएगा वाई इज फैबरी ट्वेंटी नाइन इंपॉर्टेंट डबल्यू कैपिटल है फरवरी का एफ कैपिटल आएगा ਐਲਬਰਟ ਆਇਨਸਟਾਈਨ ਵਾਸ ਅ ਫੇਮਸ ਸਾਇੰਟਿਸਟ ਤੇ ਇੱਥੇ ਐਲਬਰਟ ਦਾ ਇਹ ਆਇਨਸਟਾਈਨ ਦਾ ਇਹ ਕੈਪੀਟਲ ਆਊਗਾ ਜਗਦੀਸ਼ ਚੰਦਰ ਬੋਸ ਵਾਸ ਐਨ ਇੰਡੀਅਨ ਸਾਇੰਟਿਸਟ ਤੇ ਜਗਦੀਸ਼ ਦਾ ਜੇ ਚੰਦਰ ਦਾ ਸੀ ਬੋਸ ਦਾ ਬੀ ਤੇ ਇੰਡੀਅਨ ਦਾ ਆਈ ਕੈਪੀਟਲ ਆਊਗਾ ਆਈ ਵਿਲ ਬਾਈ ਸੋਨੀ ਟੈਲੀਵਿਜ਼ਨ ਫਰਮ ਦਿੱਲੀ ਤੇ ਇੱਥੇ ਆਈ ਕੈਪੀਟਲ ਆਊਗਾ ਤੇ ਸੋਨੀ ਦਾ ਐਸ ਕੈਪੀਟਲ ਆਊਗਾ ਤੇ ਦਿੱਲੀ ਦਾ ਡੀ ਵੀ ਕੈਪੀਟਲ ਆਊਗਾ ਜੇ ਉਸ ਤੋਂ ਬਾਅਦ ਸਾਡੇ ਆਖਰੀ ਐਕਟੀਵਿਟੀ ਐਕਟੀਵਿਟੀ 9 ਲੁੱਕ ਐਟ ਦਾ ਫੋਲੋਇੰਗ ਸੈਂਟੈਂਸਸ ਕੇਅਰਫੁਲੀ ਐਂਡ ਡੂ ਐਸ ਡਾਇਰੈਕਟਿਡ ਤੇ ਜਿਵੇਂ ਸਿੱਪੇਲਾਤ ਤੇ ਵਾਕਾਂ ਨੂੰ ਦੇਖਦੇ ਆਂ ਰਾਮ ਪਲੇਸ ਲਾਈਕ ਧੋਨੀ ਰਾਮ ਰੰਸ ਲਾਈਕ ਅ ਹਾਰਸ ਰਾਮ ਈਟਸ ਲਾਈਕ ਅ ਸਪੈਰੋ ਰਾਮ ਬੈਟਸ ਲਾਈਕ ਤেন্ডুলਕਰ ਰਾਮ ਲੁਕਸ ਲਾਈਕ ਹਿਸ ਫਾਦਰ ਤੇ ਇਨਾਂ ਵਾਕ ਵਿੱਚ ਕਾਮਨ ਕੀ ਹੈ ਇਸ ਵਿੱਚ ਕਾਮਨ ਆਏਗਾ ਕਿ ਰਾਮ ਕਿਸੇ ਹੋਰ ਦੀ ਤਰ੍ਹਾਂ ਰਾਮ ਇਜ਼ ਲਾਈਕ ਸਮਨ ਐਲਸ ਰਾਮ ਇਜ਼ ਲਾਈਕ ਧੋਨੀ ਹਾਰਸ ਸਪੈਰੋ ਤেন্ডুলਕਰ ਹਿਸ ਫਾਦਰ ਤੇ ਰਾਮ ਵਿੱਚ ਕਈ ਲੋਕਾਂ ਦੇ ਜਿਵੇਂ ਧੋਨੀ ਦਾ ਵੀ ਗੁਣ ਹੈ ਹਾਰਸ ਦਾ ਵੀ ਗੁਣ ਹੈ ਸਪੈਰੋ ਦਾ ਵੀ ਗੁਣ ਹੈ ਤেন্ডুলਕਰ ਦਾ ਵੀ ਗੁਣ ਹੈ ਉਸਦੇ ਪਿਤਾ ਜੀ ਦਾ ਵੀ ਗੁਣ ਹੈ ਤੇ ਹੁਣ ਅਸੀਂ ਇਹ ਦੇਖਿਆ ਕਿ ਲਾਇਕ ਦੀ ਵਰਤੋਂ ਦੋ ਪੀਪਲ ਜਾਂ ਦੋ ਥਿੰਗਸ ਨੂੰ ਕੰਪੇਅਰ ਕਰਨ ਦੀ ਕਰਨ ਲਈ ਹੁੰਦੀ ਆ। ਵੀ ਦੋ ਲੋਕਾਂ ਦਾ ਕੰਪੈਰੀਜ਼ਨ ਕਰਨ ਤਾਂ ਵੀ ਅਸੀਂ ਲਾਇਕ ਦੀ ਵਰਤੋਂ ਕਰਾਂਗੇ ਜਦੋਂ ਅਸੀਂ ਦੋ ਚੀਜ਼ਾਂ ਦੀ ਕੰਪੇਅਰ ਦੋ ਚੀਜ਼ਾਂ ਦਾ ਕੰਪੈਰੀਜ਼ਨ ਕਰਨ ਤਾਂ ਵੀ ਅਸੀਂ ਲਾਇਕ ਦਾ ਲਾਇਕ ਦੀ ਵਰਤੋਂ ਕਰਾਂਗੇ। ਤੇ ਇਸੇ ਤਰ੍ਹਾਂ ਇਸ ਪੋਇਮ ਵਿੱਚ ਵੀ ਲਾਇਕ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਲਾਇਕ ਦਾ ਟ੍ਰੈਂਪ ਆਫ ਫੂਟਸ ਕੀ ਰੇਨ ਨੂੰ ਰੇਨ ਦੀ ਆਵਾਜ਼ ਨੂੰ ਟ੍ਰੈਂਪ ਆਫ ਫੂਟਸ ਕੀ ਕੋੜੇ ਦੇ ਦੌੜਨ ਦੀ ਆਵਾਜ਼ ਨਾਲ ਕੰਪੇਅਰ ਕੀਤਾ ਗਿਆ। ਇਸ ਤਰ੍ਹਾਂ ਰੇਨ ਵਾਟਰ ਨੂੰ ਲਾਇਕ ਰਿਵਰ ਡਾਊਨ ਦਾ ਗਟਰ ਰੋਡਸ ਕੀ ਰੇਨ ਵਾਟਰ ਨੂੰ ਰਿਵਰ ਦੇ ਵਾਟਰ ਦੀ ਤਰ੍ਹਾਂ ਕੰਪੇਅਰ ਕੀਤਾ ਗਿਆ ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਲਾਈਕ ਦੀ ਵਰਤੋਂ ਹੈ ਦੋ ਚੀਜ਼ਾਂ ਨੂੰ ਕੰਪੇਅਰ ਕਰਨ ਲਈ ਹੁੰਦੀ ਹੈ ਤੇ ਇਸ ਤੋਂ ਬਾਅਦ ਰੀਡ ਦਾ ਸੈਂਟੈਂਸਸ ਗਿਵਨ ਬਿਲੋ ਅੰਡਰ ਐਂਡ ਅੰਡਰਲਾਈਨ ਦਾ ਟੂ ਥਿੰਗਸ ਥੈਟ ਹੈਵ ਸੇਮ ਕੁਆਲਿਟੀ ਆਲਸੋ ਐਂਡ ਸਰਕਲ ਦਾ ਕੁਆਲਿਟੀ ਫਾਰ ਐਗਜ਼ਾਮਪਲ ਉਸ਼ਾ ਰਨਸ ਲਾਈਕ ਅ ਹਾਰਸ ਤੇ ਤੇ ਉਸ਼ਾ ਤੇ ਹਾਰਸ ਦੋ ਚੀਜ਼ਾਂ ਦਾ ਕੰਪੈਰੀਜ਼ਨ ਹੈ ਇਹਨਾਂ ਨੂੰ ਅੰਡਰਲਾਈਨ ਕਰ ਦਿਓ ਤੇ ਕਿਹੜੀ ਕੁਆਲਿਟੀ ਕਾਮਨ ਹੈ ਰਨਸ ਤੇ ਉਸ ਨੂੰ ਐਂਡ ਸਰਕਲ ਕਰ ਦਿਓ ਦਾ ਗਰਲ ਸਿੰਗਸ ਲਾਈਕ ਅ ਨਾਈਟਿੰਗੇਲ ਤੇ ਗਰਲ ਤੇ ਨਾਈਟਿੰਗੇਲ ਨੂੰ ਕਰ ਦੋ ਅੰਡਰਲਾਈਨ ਤੇ ਸਿੰਗਸ ਨੂੰ ਕਰ ਦੋ ਐਂਡ ਸਰਕਲ ਤੇ ਅੰਡਰਲਾਈਨ ਅਸੀਂ ਕਰਨਾ ਹੈ ਉਹਨਾਂ ਚੀਜ਼ਾਂ ਨੂੰ ਜਿੰਨਾਂ ਦਾ ਕੰਪੈਰੀਜ਼ਨ ਕੀਤਾ ਗਿਆ ਤੇ ਜਿਹੜੀ ਕਾਮਨ ਕੁਆਲਿਟੀ ਉਸ ਨੂੰ ਐਂਡ ਸਰਕਲ ਕਰਨਾ ਹੈ ਰੁਸਤਮ ਬਹੁਤ ਸਟਰੋਂਗ ਲਾਈਕ ਅ ਲਾਇਨ ਤੇ ਰੁਸਤਮ ਅਤੇ ਲਾਇਨ ਨੂੰ ਕਰ ਦੋ ਅੰਡਰਲਾਈਨ ਤੇ ਸਟਰੋਂਗ ਨੂੰ ਕਰ ਦੋ ਐਂਡ ਸਰਕਲ ਸੁੰਦਰ ਵਾਸ ਗ੍ਰੀਡੀ ਲਾਈਕ ਅ ਪਿਗ ਤੇ ਸੁੰਦਰ ਤੇ ਪਿਗ ਹੋ ਗਿਆ ਅੰਡਰਲਾਈਨ ਤੇ ਗ੍ਰੀਡੀ ਹੋ ਗਿਆ ਐਂਡ ਸਰਕਲ ਮੀਨਾ ਏਟ ਲਾਈਕ ਅ ਸਪੈਰੋ ਤੇ ਮੀਨਾ ਤੇ ਸਪੈਰੋ ਹੋ ਗਿਆ ਅੰਡਰਲਾਈਨ ਤੇ ਏਟ ਹੋ ਗਿਆ ਐਂਸਰ ਕਰ ਦਾ ਬਲੱਡ ਕੇਮ ਆਊਟ ਆਫ ਦਾ ਵਾਉਂਡ ਲਾਈਕ ਵਾਟਰ ਤੇ ਬਲੱਡ ਤੇ ਵਾਟਰ ਹੋ ਗਿਆ ਅੰਡਰਲਾਈਨ ਕੇਮ ਆਊਟ ਹੋ ਗਿਆ ਐਂਸਰ ਕਰ ਨੀਸ਼ਾ ਕਲਾਈਮਡ ਦਾ ਟਰੀ ਲਾਈਕ ਅ ਮੰਕੀ ਤੇ ਨੀਸ਼ਾ ਤੇ ਮੰਕੀ ਹੋ ਗਿਆ ਅੰਡਰਲਾਈਨ ਤੇ ਕਲਾਈਮਡ ਹੋ ਗਿਆ ਐਂਸਰ ਕਰ ਤੇ ਦੋਸਤੋ ਐਸਿਕਾ ਤੁਹਾਡਾ ਲੈਸਨ ਨੰਬਰ 5 ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਲੈਸਨ ਵੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਲੈਸਨ ਦੇ ਕੁਐਸਚਨ ਆਨਸਰਸ ਵੀ ਕਰ ਲਏ ਹੋਣੇ ਮਿਲਾਂਗੇ ਆਪ ਸਾਰਿਆਂ ਨੂੰ ਅਗਲੇ ਲੈਸਨ ਦੇ ਨਾਲ ਉਦੋਂ ਤੱਕ ਆਪਣਿਆ ਅਧਿਆਪਕ ਸਰਦਾਰ ਹਰਬਿੰਦਰ ਸਿੰਘ ਨੂੰ ਦਿਉ ਇਜਾਜ਼ਤ ਸਤ